ਮੈਂ ਸੰਗਤ ਸਮੂਹ ਜਗਤ ਦੀਆਂ ਸਿੱਖ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ। ਆਉਣ ਵਾਲਾ ਹਫ਼ਤਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਫ਼ਤਾ ਹੈ, ਗੁਰਕਲਗੀਧਰ ਮਹਾਰਾਜ ਦੇ ਪੁੱਤਰਾਂ ਦੀ ਸ਼ਹਾਦਤ ਦਾ ਹਫ਼ਤਾ। ਮੇਰੀ ਹੱਥ ਬੰਨ ਕੇ ਤੇ ਤੁਸੀਂ ਇਹ ਬੇਨਤੀ ਸੁਣਿਓ, ਜਿੱਥੇ ਜਿੱਥੇ ਤੁਹਾਡੀ ਪਹੁੰਚ ਹੈ ਪਹੁੰਚਾ ਦਿਓ। ਆਉਂਦੇ ਹਫ਼ਤੇ ਵਿੱਚ ਆਪਣੇ ਘਰਾਂ ਵਿੱਚ ਫਿਲਮਾਂ, ਗਾਣੇ ਜਾਂ ਖੁਸ਼ੀ ਦਾ ਕੋਈ ਨਹੀਂ, ਸਗੋਂ ਆਪਣੇ ਘਰਾਂ ਵਿੱਚ ਗੁਰਬਾਣੀ, ਸਾਹਿਬਜ਼ਾਦਿਆਂ ਦੀ ਗਾਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ, ਮਾਂ ਗੁਜਰੀ ਦੀ ਗਾਥਾ, ਕਲਗੀਆਂ ਵਾਲੇ ਦੀ ਗਾਥਾ ਸਾਂਝੀ ਕਰੀਏ। ਮੈਂ ਬੇਨਤੀ ਕਰਾਂਗਾ, ਸਿਰਫ ਇੱਕ ਹਫ਼ਤਾ ਦੇ ਦਿਓ, ਇੱਕ ਹਫ਼ਤਾ। ਦਾਦੀਆਂ, ਨਾਨੀਆਂ, ਮਾਵਾਂ, ਮੈਂ ਬੇਨਤੀ ਕਰਾਂ, 2 ਘੰਟੇ ਬੱਚਾ ਸਕੂਲ ਲੇਟ ਹੋ ਜਾਏ ਨਾ, ਸਾਡੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਦੀ। ਉਹ ਪਿਤਾ ਧੰਨ ਜਿਹਨੇ 4 ਪੁੱਤਰ ਤੋਰੇ, 4 ਪੁੱਤਰਾਂ ਦਾ ਦਾਨੀ, ਤੇ ਫਿਰ ਇਹ ਗੱਲ ਕਹਿ ਰਿਹਾ ਸਿੱਖਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਇਹਨਾਂ ਦਿਨਾਂ ਦੇ ਵਿੱਚ ਆਓ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੇ ਸਾਹਿਬਜ਼ਾਦੇ ਬਣਾਉਣ ਦਾ ਪ੍ਰਣ ਕਰੀਏ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਮੈਨੂੰ ਕਈ ਲੋਕ ਕਹਿ ਦਿੰਦੇ ਆ ਇਹ ਬੰਦਾ ਵੱਖਰੀ ਸੋਚਦਾ ਆ। ਕ੍ਰਿਸਮਿਸ ਈਸਾਈ ਵੀਰਾਂ ਨੂੰ ਮੁਬਾਰਕ ਆ, ਪਰ ਤੁਹਾਡੇ ਘਰ ਵਿੱਚ, ਤੁਹਾਡੀ ਕੌਮ ਦੇ ਵਿਹੜੇ ਵਿੱਚ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਆ, ਤੇ ਤੁਸੀਂ ਦੂਜਿਆਂ ਦੇ ਜਨਮ ਦਿਨ ਤੇ ਬੈਂਡ ਵਜਾਉਂਦੇ ਚੰਗੇ ਨਹੀਂ ਲੱਗਦੇ। ਆਓ ਉਹਨਾਂ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਦੇ ਵਿੱਚ ਜੁੜ ਜਾਈਏ। ਇੱਕ ਹਫ਼ਤਾ, ਆਉਣ ਵਾਲਾ ਹਫ਼ਤਾ, ਸਾਦਗੀ ਵਿੱਚ ਸਾਦੇ ਕੱਪੜੇ, ਸਾਦੇ ਕਾਰ ਵਿਹਾਰ ਕਰਕੇ ਉਹਨਾਂ ਸਾਹਿਬਜ਼ਾਦਿਆਂ ਨੂੰ ਇਹ ਹਫ਼ਤਾ ਸਮਰਪਿਤ ਕਰਕੇ ਕਹੀਏ, ਬਾਬੇ ਉਹ ਤੁਹਾਡਾ ਦੇਣ ਤਾਂ ਨਹੀਂ ਦੇ ਸਕਦੇ, ਦੁਨੀਆ ਭਰ ਵਿੱਚ ਕੌਮ ਦਾ ਸਿਰ ਉੱਚਾ ਕਰਨ ਵਾਲਿਓ, ਕੌਮ ਦੀਆਂ ਨੀਹਾਂ ਵਿੱਚ ਲੱਗੇ ਹੋਏ ਤੁਹਾਡੇ ਸੀਸ, ਤੁਹਾਡੇ ਤਨ, ਕੌਮ ਦੀਆਂ ਇਹਨਾਂ ਦੀਵਾਰਾਂ ਵਿੱਚ ਤੁਹਾਡੀਆਂ ਹੱਡੀਆਂ ਤੇ ਚਰਬੀ ਦਾ ਪਿਆ ਹੋਇਆ ਗਾਰਾ, ਤੇ ਕੌਮ ਅੱਜ ਏਡਾ ਮਹਿਲ ਉਸਾਰ ਕੇ ਬੈਠ ਗਈ ਹੈ। ਅਸੀਂ ਭੁੱਲੇ ਨਹੀਂ, ਅਸੀਂ ਚਮਕੌਰ ਦੀ ਗੜੀ ਨੂੰ ਵੀ ਚੇਤੇ ਰੱਖਿਆ, ਅਸੀਂ ਸਰਹੰਦ ਦੀ ਦੀਵਾਰ ਨੂੰ ਵੀ ਚੇਤੇ ਰੱਖਿਆ, ਤੇ ਨਹੀਂ ਭੁੱਲੇ ਕਲਗੀਆਂ ਵਾਲਿਆ ਤੇਰਾ ਪਿਆਰ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਤੇਰੇ ਧੀਆਂ ਪੁੱਤਰ ਬਣਾਵਾਂਗੇ, ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਅਸੀਂ ਤੇਰਾ ਇਹ ਕਰਜ਼ਾ ਲਾਵਾਂਗੇ। ਜਿਹੜੇ ਸਹਿਜ ਪਾਠ ਕਰਦੇ ਹੋ, ਪਰਿਵਾਰਾਂ ਨੂੰ ਲੈ ਕੇ ਬੈਠੀਏ, ਗੁਰਦੁਆਰਾ ਸਾਹਿਬ ਜਾਈਏ, ਸੰਗਤ ਕਰੀਏ, ਆਪਣੇ ਬੱਚਿਆਂ ਨੂੰ, ਪੋਤਿਆਂ ਨੂੰ, ਦੋਹਤਿਆਂ ਨੂੰ ਲੈ ਕੇ ਉਂਗਲੀ ਲਾ ਕੇ ਤੁਰੀਏ, ਆਓ ਬੱਚਿਓ ਬੈਕ ਟੂ ਸਿੱਖੀ, ਆਓ ਮੁੜੀਏ ਸਿੱਖੀ ਵੱਲ ਨੂੰ। ਇਸ ਮਾਦਾ ਪ੍ਰਸਤੀ, ਇਸ ਫੈਸ਼ਨ ਪ੍ਰਸਤੀ, ਇਸ ਨਸ਼ਿਆਂ ਤੋਂ, ਇਸ ਚਮਕ ਦਮਕ ਤੋਂ ਪਿੱਛੇ ਮੁੜ ਕੇ ਕਲਗੀਆਂ ਵਾਲਾ ਆਵਾਜ਼ਾਂ ਮਾਰਦਾ ਏ, ਸਿੱਖਾ ਤੇਰੇ ਲਈ ਸਰਬੰਸ ਸਵਾਰਿਆ ਸੀ, ਤੇ ਅੱਜ ਜੇ ਤੂੰ ਹੋਈ ਪਿੱਠ ਦੇ ਗਿਓ, ਤੇ ਫਿਰ ਮੈਂ ਤਾਂ ਫਿਰ ਕੱਲਾ ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਹਾਂ। ਆਓ ਕਲਗੀਆਂ ਵਾਲੇ ਦੇ ਕੋਲ ਜਾ ਕੇ ਭਾਵਨਾ ਨਾਲ ਕਹੀਏ, ਕਲਗੀਆਂ ਵਾਲਿਆ ਤੂੰ 4 ਵਾਰੇ ਸੀ, ਮੈਂ ਸਮੇਤ ਪਰਿਵਾਰ ਤੇਰੇ ਚਰਨਾਂ ਵਿੱਚ ਹਾਜ਼ਰ ਹਾਂ, ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਬੇੜਾ, ਜੇ ਚੰਗਾ ਹੋਵੇ ਤਾਂ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਵਾਲਾ ਬਾਣਾ, ਉਹਨਾਂ ਦੇ ਸੀਸ ਤੇ ਦਸਤਾਰਾਂ ਸਜਾ ਦਈਏ, ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਈਏ, ਕਹੀਏ ਦਾਤਿਆ ਤੇਰੀ ਦਿੱਤੀ ਦਾਤੀ, ਤੇ ਤੇਰੇ ਅਜੀਤ ਤੇ ਜੁਝਾਰ ਬਣਾਉਣ ਦਾ ਮੈਂ ਪ੍ਰਬੰਧ ਕਰਦਾ, ਜੋਰਾਵਰ ਸਿੰਘ ਫਤਿਹ ਸਿੰਘ ਬਣਾਉਣ ਦੀ ਮੈਂ ਕੋਸ਼ਿਸ਼ ਕਰਦਾ, ਕਲਗੀਆਂ ਵਾਲਿਆ ਮੇਰੇ ਤੇ ਰਹਿਮਤ ਕਰੀ, ਮੈਂ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋ ਸਕਾਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹ ਸਭ ਤੋਂ ਵਧੀਆ, ਸਭ ਤੋਂ ਸੋਹਣਾ ਸ਼ਰਧਾਂਜਲੀ ਹੋਵੇਗੀ। ਇਹ ਬੇਨਤੀ ਕਰਦੇ ਆ ਸੰਗਤ, ਕੋਈ ਬਹੁਤੀਆਂ ਮਠਿਆਈਆਂ, ਪੀਜ਼ੇ ਪੂਜ਼ੇ ਨਾ ਲਾਇਓ ਜੇ ਇਸ ਹਫ਼ਤੇ, ਘਰਾਂ ਵਿੱਚ ਵੀ ਨਾ ਵਰਤਿਓ, ਤੇ ਸਰਹੰਦ ਦੇ ਪੰਜਾਬ ਵਿੱਚ ਰਹਿਣ ਵਾਲਿਆਂ ਤੱਕ ਮੇਰੀ ਆਵਾਜ਼ ਜ਼ਰੂਰ ਪਹੁੰਚਾ ਦਿਓ। ਉਹ ਚਮਕੌਰ ਤੇ ਸਰਹੰਦ ਆਉਣ ਵਾਲਿਓ, ਇਹ ਕੋਈ ਖੁਸ਼ੀਆਂ ਦਾ ਮੇਲਾ ਨਹੀਂ, ਇਹ ਤਾਂ ਕਲਗੀਆਂ ਵਾਲੇ ਦੇ ਪਰਿਵਾਰ ਦੀ ਕੁਰਬਾਨੀ ਹੈ। ਸਿਰ ਝੁਕਾ ਕੇ ਅੱਖਾਂ ਵਿੱਚ ਹੰਝੂ ਲੈ ਕੇ ਉਸ ਕੁਰਬਾਨੀ ਨੂੰ ਚੇਤੇ ਕਰਿਆ ਜੇ, ਉੱਥੇ ਢੋਲ ਢਮੱਕੇ, ਡੀਜੇ, ਵਨ ਸਵੰਨੇ ਖਾਣੇ, ਨਸ਼ੇ, ਵੱਜਦੇ ਹੋਏ ਵਨ ਸਵੰਨੇ ਹਾਰਨਾਂ ਤੋਂ ਬਚ ਕੇ ਆਓ ਸੀਸ ਝੁਕਾ ਕੇ ਕਲਗੀਆਂ ਵਾਲੇ ਦਾ ਸ਼ੁਕਰਾਨਾ ਕਰੀਏ। ਜੇ ਤੇਰੇ ਬੱਚੇ ਕੁਰਬਾਨੀ ਨਾ ਕਰਦੇ
ਤਾਂ ਸ਼ਾਇਦ ਅੱਜ ਦੁਨੀਆਂ ਵਿੱਚ ਸਾਡੀ ਹੋਂਦ ਨਾ ਹੁੰਦੀ। ਉਹ ਜਾ ਕੇ ਅੱਲਾ ਯਾਰਖਾ ਜੋਗੀ ਕੋਲ ਪੁੱਛ ਲੈ ਪਿਆਰਿਆ, ਜਿਹੜਾ ਕਹਿੰਦਾ ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ, ਚਮਕ ਕੀ ਮਿਹਰ ਹੈ ਤੇਰੇ ਜ਼ਰੋਂ ਮੇਂ। ਐ ਚਮਕੌਰ, ਚਮਕੌਰ ਦੀ ਗੜੀਏ, ਤੇਰੀ ਮਿੱਟੀ ਵਿੱਚ ਇੰਨੀ ਰਹਿਮਤ ਹੈ, ਇਸ ਮਿੱਟੀ ਨੂੰ ਮੱਥੇ ਨਾ ਲਾਉਣ ਵਾਲੇ ਵੀ ਗੁਰਕਲਗੀਧਰ ਪਿਤਾ ਦੇ ਪੁੱਤਰ ਬਣ ਜਾਂਦੇ ਨੇ। ਆਓ ਆਉਣ ਵਾਲਾ ਹਫ਼ਤਾ ਖੁਸ਼ੀਆਂ ਸੰਸਾਰ ਦੀਆਂ ਤਿਆਗ ਕੇ ਕਲਗੀਧਰ ਪਿਤਾ ਦੀ ਗੋਦ ਵਿੱਚ ਬੈਠ ਕੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਨਤਮਸਤਕ ਹੋਈਏ। ਇਹ ਦਾਸ ਦੀ ਬੇਨਤੀ ਨੂੰ ਸਾਰੇ ਸੰਸਾਰ ਵਿੱਚ ਪਹੁੰਚਾ ਦਿਆ ਜੀ।